ਪੰਜਾਬ ਵਿੱਚ ਇਹਨਾਂ ਦਿਨਾਂ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਪੁਲਿਸ ਦਾ ਖੌਫ ਉਹਨਾਂ ਦੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਮਾਮਲਾ ਹੁਸ਼ਿਆਰਪੁਰ ਦਾ ਹੈ, ਜਿੱਥੇ ਦੇਰ ਸ਼ਾਮ ਠੇਕੇ 'ਤੇ ਕਰਿੰਦੇ ਅਤੇ ਕੁਝ ਅਗਿਆਤ ਲੋਕਾਂ ਨੇ ਲੁੱਟ ਦੀ ਨੀਅਤ ਨਾਲ ਗੋਲੀ ਚਲਾ ਕੇ ਹੱਤਿਆ ਕਰ ਦਿੱਤੀ ਅਤੇ 17,000 ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਇਸ ਮੌਕੇ 'ਤੇ ਠੇਕਾ ਕਰਮਚਾਰੀ ਅਤੇ DSP ਜਗਦੀਸ਼ ਅਤਰੀ ਨੇ ਕਿਹਾ। ਮੇਰਾ ਨਾਮ ਵਿਜੇ ਹੈ, ਮੇਰਾ ਭਰਾਤਾ ਵਾ। ਮੈਨੂੰ ਨਾ ਧਮਾਕੇ ਦੀ ਆਵਾਜ਼ ਆਈ ਗੋਲੀ ਚੱਲਣ ਦੀ, ਮੈਂ ਥੱਲੇ ਦੌੜ ਕੇ ਆਇਆ। ਇਹ ਮੁੰਡਾ ਥੱਲੇ ਡਿੱਗਿਆ ਹੋਇਆ ਸੀਗਾ ਉਲਟਾ, ਅਤੇ ਮੈਂ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਬੰਦਾ ਦੌੜ ਗਿਆ ਹੋਇਆ ਸੀ। ਮੈਂ ਇਹ ਗੋਲੀ ਦੀ ਆਵਾਜ਼ ਆਈ ਸੀ, ਗੋਲੀ ਦੀ ਆਵਾਜ਼ ਆਈ, ਉਹ ਕੈਸ਼ ਕੁਛ ਲੁੱਟ ਕੇ ਲੈ ਗਿਆ। ਕਿੰਨਾ ਕੈਸ਼ ਸੀਗਾ? ਮੈਂ ਮੇਰੇ ਖਿਆਲ 16-17 ਹਜ਼ਾਰ ਇੰਨਾ ਖੋਣਾ ਅੰਦਾਜ਼ਾ, 15-16 ਹਜ਼ਾਰ। ਮੇਰਾ ਨਾਮ ਵਿਜੇ ਹੈ। ਇਨਫੋਰਮੇਸ਼ਨ ਮਿਲੀ ਹੈ ਵੀ ਸਟੈਰੀ ਰੋਡ 'ਤੇ ਇੱਕ ਜਿਹੜਾ ਸ਼ਰਾਬ ਦਾ ਠੇਕਾ, ਉੱਥੇ ਇੱਕ ਨੌਜਵਾਨ ਦਾ ਕਤਲ ਹੋ ਗਿਆ। ਮੌਕੇ 'ਤੇ ਆਏ ਹਾਂ, ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਵੀ ਅਗਲੀ ਗੱਲ ਕੋਈ ਨੋਟਿਸ ਵਿੱਚ ਆਈ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਮੈਂ ਜਸਟ ਇੱਥੇ ਪਹੁੰਚਿਆ ਹਾਂ, ਤੁਹਾਨੂੰ ਵੀ ਪਤਾ ਹੈ, ਮੇਰੇ ਤੋਂ ਪਹਿਲਾਂ ਤੁਸੀਂ ਇੱਥੇ ਪਹੁੰਚੇ ਹੋਏ ਹੋ। ਜਦੋਂ ਵੀ ਜਿਹੜੀ ਵੀ ਗੱਲ ਮੇਰੇ ਨੋਟਿਸ ਆਉਂਦੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਪ੍ਰਾਈਮਰੀ ਫੇਸਿਸ ਇਹ ਲੱਗ ਰਿਹਾ ਵੀ ਇੱਕ ਫਾਇਰ ਹੋਇਆ, ਬਟ ਜੋ ਵੀ ਅੱਗੇ ਤਫਤੀਸ਼ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਈ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ।